ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੋ ਕਿ ਮਾਡਲ ਟਾਊਨ ਐਕਸਟੈਂਸ਼ਨ ਬਲੋਕ ਡੀ ਦੁਗਰੀ ਰੋਡ ਜ਼ਿਲ੍ਹਾ ਲੁਧਿਆਣਾ ਵਿਖੇ ਸਥਿਤ ਹੈ। ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅੰਡਰ ਚੱਲ ਰਿਹਾ ਹੈ। ਇਹ ਸਕੂਲ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਸਕੂਲ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਹੈ। ਬੀਤੇ ਦਿਨੀ ਸਾਡੀ ਪੰਜਾਬ ਪਲੱਸ ਦੀ ਟੀਮ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਖਾਲਸਾ ਦੀਵਾਨ ਜਿਹੜਾ ਕਿ ਲੋਕਾਂ ਦੇ ਵਿੱਦਿਆ ਦਾ ਦਾਨ ਦੇ ਲਈ ਇੱਕ ਬਹੁਤ ਹੀ ਮੂਹਰੀ ਸੰਸਥਾ ਹੈ ਔਰ ਜਿਸ ਸੰਸਥਾ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਇੱਕ ਨਵਾਂ ਜੀਵਨ ਦਿੱਤਾ ਔਰ ਉਹਦੇ ਤਹਿਤ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਲੁਧਿਆਣੇ ਵਿਖੇ ਸੇਵਾ ਕਰ ਰਿਹਾ ਹੈ, ਅੱਜ ਅਸੀਂ ਇੱਥੇ ਪਹੁੰਚੇ ਹਾਂ ਔਰ ਗੱਲ ਕਰਨ ਜਾ ਰਹੇ ਹਾਂ ਪ੍ਰਿੰਸੀਪਲ ਮੈਡਮ ਨਾਲ। ਮੈਡਮ, ਯੂਅਰ ਵੈਲਕਮ। ਯੂਅਰ ਆਸਕਿੰਗ ਮੀ ਇਨ ਵਨ ਸੈਂਟੈਂਸ ਅਬਾਊਟ ਚੀਫ ਖਾਲਸਾ ਦੀਵਾਨ, ਅਤੇ ਮੈਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਚੀਫ ਖਾਲਸਾ ਦੀਵਾਨ ਇਜ਼ ਐਨ ਐਪੀਟਮੀ ਆਫ ਮਨ ਨੀਵਾਂ ਅਤੇ ਮਤ ਉੱਚੀ। ਮੈਨੂੰ ਲੱਗਦਾ ਇਸ ਗੱਲ ਦੇ ਵਿੱਚ, ਇਸ ਸੈਂਟੈਂਸ ਦੇ ਵਿੱਚ ਆਈ ਕੈਨ ਡਿਫਾਈਨ ਚੀਫ ਖਾਲਸਾ ਦੀਵਾਨ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਇਟ ਇਜ਼ ਵਰਕਿੰਗ ਵਿਦਆਊਟ ਐਨੀ ਸੈਲਫਿਸ਼ ਮੋਟਿਵ ਟੂਵਰਡਸ ਦ ਵੈਲਫੇਅਰ ਆਫ ਦ ਸਟੂਡੈਂਟਸ, and these students would be the upcoming citizens of our country. So jinna eh kar sakde ne, mainu lagda hai us to vadh eh bachiyan de vaste kar rahe ne. Madam, aur chief khalsa dwaran da eh school jehda ke keval vidya da daan nahi, ohde naal agar apan gal kariye cultural activities di, games di gal kariye, character build di gal kariye, tuhadi counseling di gal kariye, tusi sessions lende ho bachiyan de, tuhanu jithe vi lagda ki bachcha koi thoda bahut, ਕਿਉਂਕਿ ਅੱਜ ਬੜਾ ਹੀ ਕਲਯੁਗ ਦਾ ਜਿਹੜਾ ਹੈਗਾ ਤੇਰਵਾਂ ਪੈਰਾ, ਉਹਦੇ ਨਾਲ ਬੱਚਿਆਂ ਦਾ ਮਾਇੰਡ ਸੈਟ ਆ ਹੋਰ, ਤੁਸੀਂ ਖੁਦ ਉਹਨਾਂ ਨੂੰ ਕੌਂਸਲ ਕਰਦੇ ਹੋ, ਉਹਨਾਂ ਨੂੰ ਇੱਕ ਨਈ ਜ਼ਿੰਦਗੀ ਦੇਣ ਦੇ ਵਾਲੇ ਪਾਸੇ ਜਾਂਦੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ, ਅੱਜ ਦਾ ਟਾਈਮ ਵੀ ਆਰ ਨੋਟ ਟੋਟਲੀ ਯੂ ਨੋ ਇਨਗ੍ਰੋਸਡ ਇਨ ਦੀ ਐਕਡੈਮਿਕ ਸਾਈਡ, ਆਫਕੋਰਸ ਐਕਡੈਮਿਕ ਬਹੁਤ ਜ਼ਰੂਰੀ ਹੈ, ਪਰ ਐਕਡੈਮਿਕ ਦੇ ਨਾਲ ਨਾਲ ਆਲ ਰਾਊਂਡ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਅਸੀਂ ਪੜ੍ਹਾਈ ਦੇ ਨਾਲ ਨਾਲ ਵੀ ਆਰ ਕੇਟਰਿੰਗ ਟੂ ਦ ਨੀਡਸ ਆਫ ਦ ਸਟੂਡੈਂਟਸ ਰਿਗਾਰਡਿੰਗ ਦੇਅਰ ਫਿਜ਼ੀਕਲ ਡਿਵੈਲਪਮੈਂਟ, their intellectual development, their social development, ethical development, moral development, character building, jidda tusi kiya inna cheezan de vaste assi bahut zyada uprale kar rahe ha. We have seminars, not only seminars, we have day to day activities jinna de vich idda diyan qualities bachyan de vich inculcate hundiyan ne. Jis tarah for example ajj assi school di jehdi shuruaat kiti, that we had an investiture ceremony jide vich assi bacche the council members ਉਹਨਾਂ ਨੂੰ ਅਸੀਂ ਇਲੈਕਟ ਕੀਤਾ ਔਰ ਬੱਚਿਆਂ ਦੇ ਸਾਹਮਣੇ ਅੱਜ ਪ੍ਰੈਜੈਂਟ ਕੀਤਾ ਉਹਨਾਂ ਨੂੰ। ਸੋ ਇਹਦੇ ਨਾਲ ਕੀ ਹੁੰਦਾ, ਜਿਹੜੇ ਬੱਚੇ ਕਾਊਂਸਲ ਮੈਂਬਰਸ ਬਣੇ ਨੇ ਉਹਨਾਂ ਦੇ ਵਿੱਚ ਤਾਂ ਲੀਡਰਸ਼ਿਪ ਕੁਆਲਿਟੀਜ਼ ਆਉਂਦੀਆਂ ਹੀ ਨੇ, ਬਟ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਦੇਖ ਰਹੇ ਨੇ ਦੇ ਆਰ ਮੋਟੀਵੇਟਡ, ਔਰ ਇਹ ਸਾਰੇ ਮਿਲ ਕੇ ਡਿਸਿਪਲਿਨ ਵਾਸਤੇ ਬਹੁਤ ਕੁਝ ਕਰਨਗੇ, ਦੈਟ ਆਈ ਕੈਨ ਇਨਸ਼ੋਰ। ਮੈਡਮ, ਐਜ਼ ਫਾਰ ਐਜ਼ ਬੋਡੀ ਲੈਂਗੁਏਜ ਆਫ ਯੂਅਰ ਚੀਫ ਖਾਲਸਾ ਦੀਵਾਨ ਸਟੂਡੈਂਟਸ ਆਫ ਦਿਸ ਸਕੂਲ ਇਜ਼ ਕੰਸਰਨਡ, they are very poetic, they have a brightness in their eyes. How is it possible? So we believe in discipline, no doubt, but more than discipline, it is self discipline. Bachiyan de andaron eh awaaz apni chahidi hai, that eh sada school hai, we belong to this school, this school belongs to us.
ਜਦੋਂ ਇਹ ਬਿਲੋਂਗਿੰਗਨੈਸ ਬੱਚਿਆਂ ਦੇ ਵਿੱਚ ਆ ਜਾਂਦੀ ਹੈ, ਬੱਚੇ ਸੈਲਫ ਡਿਸਿਪਲਿਨ ਹੋ ਜਾਂਦੇ ਹਨ। ਸੈਲਫ ਡਿਸਿਪਲਿਨ ਜਦੋਂ ਬੱਚਾ ਹੋ ਜਾਏਗਾ, ਬੱਚਾ ਡਰੇਗਾ ਨਹੀਂ। ਸੋ ਵੀ ਕੈਨ ਸੀ ਦੇ ਆਰ ਡਿਸਿਪਲਿਨ, ਦੇ ਆਰ ਮੂਵਿੰਗ ਅਬਾਊਟ, ਪਰ ਉਹ ਅੱਖਾਂ ਵਿੱਚ ਖੌਫ ਨਹੀਂ ਹੈ, ਅੱਖਾਂ ਵਿੱਚ ਡਰ ਨਹੀਂ ਹੈ। ਦੇ ਹੈਵ ਵਿਸ਼ਿਜ਼, ਦੇ ਹੈਵ ਫਿਊਚਰ ਵਾਸਤੇ ਪਲੈਨਸ ਨੇ, ਡਰੀਮਸ ਨੇ। ਔਰ ਜਦੋਂ ਡਰੀਮਸ ਹੁੰਦੀਆਂ ਨੇ, ਜਿੱਦਾਂ ਤੁਸੀਂ ਕਿਹਾ ਕਿ ਅੱਖਾਂ ਵਿੱਚ ਚਮਕ ਹੈ, ਉਹ ਓਬਵੀਅਸਲੀ ਆ ਜਾਂਦੀ। ਮੈਡਮ, ਤੁਸੀਂ ਇਸ ਸਕੂਲ ਦੇ ਵਿੱਚ ਪਹਿਲਾਂ ਟੀਚਰਸ ਔਰ ਪ੍ਰਿੰਸੀਪਲ ਦਾ ਜਿਹੜਾ ਨਾਤਾ, ਅਗਰ ਆਪਾਂ ਕਹੀਏ, ਜਾਂ ਸਟੂਡੈਂਟਸ ਟੀਚਰ ਦਾ ਨਾਤਾ ਕਹੀਏ, ਤੁਹਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਕੋਈ ਵੀ ਬੱਚਾ ਤੁਹਾਨੂੰ ਕਦੋਂ ਮਰਜ਼ੀ ਮਿਲ ਸਕਦਾ, ਟੀਚਰ ਤੁਹਾਨੂੰ ਕੌਂਸਲ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਸਕਦਾ। ਈਵਨ ਤੁਸੀਂ ਕੋਈ ਉਹਨਾਂ ਨੂੰ ਪਰਸਨਲ ਪ੍ਰੋਬਲਮ ਵੀ ਆਉਂਦੀ ਆ ਤਾਂ ਵੀ ਤੁਸੀਂ ਉਹਨਾਂ ਨੂੰ ਗਾਈਡ ਕਰ ਦਿਓ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਰ, ਆਈ ਐਮ ਨੋਟ ਲਾਈਕ ਅ ਲੇਡੀ ਬਿਹਾਈਂਡ ਦਾ ਕਰਟਨ। ਮੇਰੇ ਦਰਵਾਜ਼ੇ, ਜਿੱਦਾਂ ਤੁਸੀਂ ਕਿਹਾ, ਹਮੇਸ਼ਾ ਖੁੱਲ੍ਹੇ ਨੇ। ਔਰ ਸਟੂਡੈਂਟਸ ਨੂੰ ਵੀ ਇਸ ਗੱਲ ਦਾ ਪਤਾ ਹੈ, ਟੀਚਰਸ ਨੂੰ ਵੀ ਇਸ ਗੱਲ ਦਾ ਪਤਾ ਹੈ। ਜਦੋਂ ਤੱਕ ਮੈਨੂੰ ਲੱਗਦਾ ਹੈ ਬੱਚਾ ਪ੍ਰੋਬਲਮ ਵਿੱਚ ਹੈ, ਟੀਚਰ ਪ੍ਰੋਬਲਮ ਵਿੱਚ ਹੈ, ਜਦੋਂ ਤੱਕ ਮੈਂ ਉਸ ਪ੍ਰੋਬਲਮ ਦਾ ਸਲਿਊਸ਼ਨ ਪ੍ਰੋਵਾਈਡ ਨਹੀਂ ਕਰ ਸਕਦੀ, ਮੇਰੇ ਟੀਚਰਸ, ਮੇਰੇ ਬੱਚੇ ਡੈਡੀਕੇਸ਼ਨ ਦੇ ਨਾਲ, ਇੱਕ ਫੋਕਸ ਦੇ ਨਾਲ ਆਪਣਾ ਕੰਮ ਨਹੀਂ ਕਰ ਸਕਦੇ। ਸੋ ਆਈ ਪ੍ਰੋਵਾਈਡ ਐਨੀ ਟਾਈਪ ਆਫ ਸਲਿਊਸ਼ਨ ਵਿਚ ਦੇ ਰਿਕੁਆਇਰ। ਅਫਕੋਰਸ ਇਟ ਸ਼ੁੱਡ ਬੀ ਅੰਡਰ ਮਾਈ ਹੈਂਡਸ, ਇਨ ਮਾਈ ਲਿਮਿਟਸ। ਮੈਂ ਆਪਣੀ ਲਿਮਿਟਸ ਨੂੰ ਵੀ ਪਛਾਣਦੀ ਹਾਂ, ਲਿਮਿਟਸ ਦੇ ਵਿੱਚ ਰਹਿ ਕੇ ਜਿਸ ਤਰ੍ਹਾਂ ਦੀ ਵੀ ਮਦਦ ਬੱਚਿਆਂ ਨੂੰ ਚਾਹੀਦੀ, ਟੀਚਰਸ ਨੂੰ ਚਾਹੀਦੀ, ਆਈ ਐਮ ਆਲਵੇਜ਼ ਦੇਅਰ। ਸੋ ਸਟੂਡੈਂਟਸ ਆਰ ਫ੍ਰੀ ਟੂ ਕਮ ਓਵਰ ਹੇਅਰ, ਟੀਚਰਸ ਆਰ ਫ੍ਰੀ ਟੂ ਕਮ ਓਵਰ ਹੇਅਰ, ਐਂਡ ਦੇ ਨੋ ਦੈਟ ਵਾਂਸ ਵੀ ਆਰ ਦੇਅਰ, ਵੀ ਆਰ 100% ਗੋਇੰਗ ਟੂ ਗੈਟ ਸੋਲੂਸ਼ਨ। ਮੈਡਮ, ਯੂ ਆਰ ਐਨ ਇੰਸਟੀਟਿਊਸ਼ਨ, ਔਰ ਤੁਹਾਡੇ ਨਾਲ ਤਾਂ ਅਸੀਂ ਕਿੰਨਾ ਮਰਜ਼ੀ ਲੰਬਾ ਜਿਹੜਾ ਖਾਤਾ ਪਹਿਲੇ ਖੋਲ੍ਹ ਲਾਂਗੇ, ਔਰ ਅਸੀਂ ਚਾਹਾਂਗੇ ਕਿ ਚੈਨਲ ਦੇ ਮਾਧਿਅਮ ਦੇ ਤੁਹਾਡੇ ਵਰਗੇ ਜਿਹੜੇ ਜੀਨੀਅਸ ਪਰਸਨ ਨੇ, ਜਿਹੜੇ ਮਿਹਨਤ ਕਰਦੇ ਨੇ ਔਰ ਹਮੇਸ਼ਾ ਸਮਰਪਿਤ ਰਹਿੰਦੇ ਨੇ ਸਕੂਲ ਨੂੰ, ਚਾਹੇ ਕੋਈ ਕਿਸੇ ਵੀ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਜਾਵੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।
School. Our school is one of the branches of CKD, Chief Khalsa Diwan. Our school provides best academic education and also builds the character of students. They also give us the personality development classes every week so that we can speak in front of everyone and have confidence to face the real world outside. This is the result of those classes that today I'm speaking in front of you with so much confidence, and I'm really proud to be a CKDN student. Thank you. My name is Harvinder Kaur. I'm yet studying in Shri Guru Harkrishan Public School, Dugri Road, Ludhiana. It is a part of Chief Khalsa Diwan, one of the most oldest socio-religious organization ran by religion Sikhism. I'm proud to be a part of this school. A school na sirf padhai balki naitik kadra keemta te focus karda hai. Tai ta a school city da number one school akhwanda hai. Hello everyone, my name is Paramdeep Singh and I am a student of Shri Guru Harkrishan Public School, which is led by Chief Khalsa Diwan, and being the one of the most oldest and very important education system. They had led many of the schools in Punjab. इन्होंने बहुत सारे स्कूल पंजाब च लैड किए हुए हैं, तो एजुकेशन जी इन दी है इन्नी क वधिया है कि बच्चों ट्यूशन जाने की लोड़ ही नहीं पैंदी, क्योंकि टीचर्स वालों जिन्ना भी सिखाया जाता है वो इन्ना इन्ने एबल है भी जो भी सिखाते हैं बच्चे फिर ट्यूशन जाने की लोड़ ही नहीं पैंदी। उस तो बाद जे बाकी होर जिन्हें भी एक्टिविटीज़ जिमें कि ड्रॉइंग के टीचर्स हो गए, म्यूजिक के हो गए, वह भी बाकी एक्सट्रा क्लासेस लैन की लड़ ही नहीं पैंती भी जो कोई ना भी समझ आता हूँ फिर असं बाद चो जाके पुछ लें होंगे भी समझ नहीं आता, फिर मैडम आराम बिल्कुल बेझिझक होकर समझा देंगे ने। तो उस तो बाद काफ़ी सारे कॉम्पीटिशन से भी गया, तो जोड़े सर ने वह भी सूँ बहुत इन्नी तैयारी करवाते हैं कि सहोदिया भी फस्ट आ फस्ट कॉम्पीटिशन, तो होर भी जिन्हें बाकी स्कूलों भी जिन्हें म्यूजिक कॉम्पीटिशन पड़ताल कॉम्पीटिशन हुए हैं भी वह भी इन्ने वधिया हुए हैं कि काफ़ी अच्छे फस्ट सैकेंड प्राइज़ आए हैं, तो बहुत वधिया स्कूल। एंड बीइंग द स्टूडेंट ऑफ दिस स्कूल आई एम वेरी होपफुल दैट आई गॉट एडमिशन इन दिस स्कूल। माय नेम इज हरविंदर कौर। आई हैव बीन इलेक्टेड एज द हेड गर्ल ऑफ श्री गुरु हरकृष्ण पब्लिक स्कूल। इट इज अ पार्ट ऑफ चीफ खालसा दीवान, वन ऑफ द मोस्ट ओल्डेस्ट सोशियो रिलीजियस ऑर्गेनाइजेशन ऑफ रिलीजन सिखिज्म। साडे टीचर सानू इह दसदे हन कि पढ़ाई सब कुछ नहीं हुंदी, परंतु नैतिक कदरां कीमतां दी महत्ता इस जिंदगी विच की है। The teachers are the nation builders. They build us to face all the difficulties of life very calmly and decently. The best way to predict the future is to create it. I thank Madam Principal who provide us such an environment, who pushes us to reach the pinnacles of the success. So last year we had got 10 medals in sports for the name of student Anmol Singh in roller skate championship. Our school is very best in bhangra, gidda, and volleyball team is very good. I'm really thankful to Sardar Amarjeet Singh Ji Banga, who is the president of our school, and I'm also thank Madam Principal. Thank you. I'm Simranjit Kaur of school Shri Guru Harkrishan Public School. I'm very lucky to be a part of school which not only provides quality education to us and also help us to participate in many co-curricular activities like sports, music, dancing, painting, etc. Our school provides a lot of opportunities to us to show our talent. That's why I'm selected as captain of the youth house of our school. Our school conducts many programs such as religious programs and help us to develop religious qualities in us. And so many other competitions are also help us to enhance our performance, and it is a very good character builder. And I'm very thankful to our principal and our respected teachers and the Chief Khalsa Diwan. Thank you. Hello everyone, my name is Aditya Jain and I am the head boy of Shri Guru Harkrishan Public School, Dugri Road, Ludhiana. It is a branch of Chief Khalsa Diwan, and I am very thankful to Chief Khalsa Diwan for making this school वेरी गुड। हैड बॉय बनने के नाल नाल मैं ये कहना चाहता हाँ कि जेडे मेरे जूनियर्स जेडे हुण वड्डे होणगे वड्डियां क्लासां च आणगे उन्हां लई मैं एक मिसाल बना ताकि वह भी मेरे वांगू जिदा मैं अपने स्कूल का नाम उच्चा करांगा वह भी मेरे नाल अपना स्कूल का नाम उच्चा करे। मैं स्कूल की गल दसना चाहता हाँ कि जेडे भी त्यौहार इस स्कूल च मनाए जाते हैं वह बहुत सोहने तरीके नाल मनाए जाते हैं। सारे जेडे भी धर्म है मुसलमान जात मुसलमान हो गए, हिंदू हो गए, सिख हो गए, ये सारे इकट्ठे हो गए, आप सारे
ਤਿਉਹਾਰ ਮਨਾਉਂਦੇ ਹਨ ਜੋ ਕਿ ਬਹੁਤ ਵਧੀਆ ਗੱਲ ਹੈ ਅਤੇ ਮੈਂ ਬਸ ਇੱਕ ਸਕੂਲ ਦਾ ਧੰਨਵਾਦ ਕਰਨਾ ਚਾਹੂੰਗਾ। ਹੈਲੋ ਵੈਸੇ ਤਾਂ ਸਾਡੇ ਸਕੂਲ ਦੇ ਸਾਰੇ ਡਿਪਾਰਟਮੈਂਟ ਬਹੁਤ ਮਿਹਨਤੀ ਅਤੇ ਸਫਲ ਹਨ, ਪਰ ਮੈਂ ਇਸ ਸਕੂਲ ਦੇ ਸਪੋਰਟਸ ਡਿਪਾਰਟਮੈਂਟ ਨਾਲ ਚਾਨਣਾ ਪਾਉਣਾ ਚਾਹੁੰਦਾ। ਪਿਛਲੇ ਸਾਲ ਸਾਡੇ ਸਕੂਲ ਦੇ ਅਨਮੋਲ ਸਿੰਘ ਮੁੰਡੇ ਨੇ ਰੋਲਰ ਸਕੇਟਸ 'ਤੇ ਕੁੱਲ 10 ਮੈਡਲ ਆਪਣੀ ਝੋਲੀ ਵਿੱਚ ਪਾਏ, ਵਿੱਚ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ, ਖੇਡਾਂ, ਸਮਾਜ ਵਿੱਚ ਵਿਚਰਨਾ ਅਤੇ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਨਾ ਸਭ ਵੀ ਬਹੁਤ ਪਿਆਰ ਨਾਲ ਸਮਝਿਆ ਜਾਂਦਾ ਹੈ। ਮੋਰਨਿੰਗ ਅਸੈਂਬਲੀ ਟਾਈਮ ਸਾਡੇ ਸਾਰੇ ਟੀਚਰ ਸਾਨੂੰ ਬਹੁਤ ਹੀ ਮੋਟੀਵੇਟ ਕਰਦੇ ਹਨ, ਸਾਨੂੰ ਸਿੱਖਿਆ ਦਿੰਦੇ ਹਨ ਕਿ ਸਮਾਜ 'ਚ ਕਿਵੇਂ ਵਿਚਰਨਾ ਹੈ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ। ਲਾਸਟ ਮੈਂ ਇਹੀ ਕਹਿਣਾ ਚਾਹੁੰਦਾ ਵੀ ਮੈਂ ਆਪਣੇ ਸਕੂਲ ਨੂੰ ਬਹੁਤ ਪਿਆਰ ਅਤੇ ਮੈਂ ਇਸ ਸਕੂਲ ਦਾ ਨਾਮ ਰੋਸ਼ਨ ਕਰਦਾ। ਥੈਂਕ ਯੂ।